तरन तारण की पुलिस वालों रागीरां ते घरां नूं लुट्टण वाले पंज मैंबरी गिरोह का किया पर्दाफाश, तीन गिरफ्तार। गुरमीत सिंह चौहान SSP तरन तारण वालों अमन कानून की व्यवस्था नूं बरकरार रखण लई लगातार यतन किए जा रहे हन अते हर गतिविधि ते नज़र रखी जा रही है। जिस स्थित विशालजीत सिंह SP इन्वेस्टिगेशन तरन तारण, जसपाल सिंह DSP सिटी तरन तारण मुख थाना सिटी तरन तारण इंस्पैक्टर हरप्रीत की अगवाई हेठ ससा सिंह की निगरानी हेठ पुलिस टीम तरन तारण शहर च वध रहियां लुट खोह दियां घटनावां ते नज़र रख रही है। इस दौरान चौकी बस अड्डा दे इंचार्ज SI निर्मल सिंह नूं सूचना मिलण ते पुलिस टीम समेत पुल नाले नेड़े मुलसरी पैलेस नेड़े पुलिस टीम ने पता लगाया कि मारू हथियारां नाल लैस तीन नौजवान लुट दी योजना बना रहे सन। तम्मी उर्फ करण पुत्र अशोक, बलजिंदर सिंह उर्फ बिट्टू पुत्र चरण सिंह वासी पट्टी अते अंगद सिंह पुत्र जसपाल सिंह वासी होठियां नूं काबू कर लिया गया, जबकि दो नौजवान हनेरे दा फायदा उठा के भजण विच कामयाब हो गए। इन्हां खिलाफ केस दर्ज किया गया सी, जिस दौरान उन्हां दस्या कि वह इकट्ठे होकर रागीरां नूं लुटदे हन अते लोकां दे घरां विच चोरियां भी करदे हन। ਇਹ ਆਪਣਾ ਪਿਛਲੇ ਦਿਨਾਂ ਦੇ ਵਿੱਚ ਸ਼ਹਿਰ ਦੇ ਵਿੱਚ ਚੋਰੀਆਂ ਦੇ ਲੁੱਟਾਂ ਖੋਹਾਂ ਦੀਆਂ ਆ ਰਹੀਆਂ ਖਬਰਾਂ, ਉਹਦੇ ਸੰਬੰਧੀ ਅਸੀਂ ਹਾਈਲਾਈਟ ਕਰਕੇ ਪੁਲਿਸ ਨੂੰ ਮੁਸਤੈਦ ਕਰਕੇ ਇਹਦੇ ਤਹਿਤ ਚੌਂਕੀ ਇੰਚਾਰਜ ਬੱਸ ਸਟੈਂਡ ਵੱਲੋਂ ਇੱਕ ਗੈਂਗ ਪੰਜ ਬੰਦਿਆਂ ਦਾ ਇੱਥੇ ਰੇਡ ਕੀਤਾ, ਜਿਸ 'ਚ ਤਿੰਨ ਬੰਦੇ ਕਾਬੂ ਆਏ ਜਿਨ੍ਹਾਂ ਤੋਂ ਕਿਰਪਾਨਾਂ ਦਫ਼ਤਰ ਅਤੇ ਰਿਕਵਰ ਹੋਏ। ਬਾਅਦ ਉਹਨਾਂ 'ਤੇ ਅਸੀਂ ਫੜ ਕੇ ਪਰਚਾ ਦਿੱਤਾ। ਪਰਚਾ ਦੇਣ ਤੋਂ ਬਾਅਦ ਉਹਦੀ ਪੁੱਛਗਿੱਛ ਜਦੋਂ ਕੀਤੀ, ਉਹ ਫਿਰ ਆਪਣੇ ਕੋਲ ਮੰਨੇ ਕਿ ਅਸੀਂ ਚੋਰੀਆਂ ਵੀ ਕਰਦੇ ਹਾਂ, ਲੁੱਟਾਂ ਖੋਹਾਂ ਵੀ ਕਰਦੇ ਹਾਂ, ਜੇ ਰਾਤ ਨੂੰ ਘਰਾਂ 'ਚ ਚੋਰੀਆਂ ਨਹੀਂ ਸ਼ਹਿਰ 'ਚ, ਉਹ ਵੀ ਇਹ ਬੰਦੇ ਟਰੇਸ ਹੋਏ ਮੰਨਦੇ ਕਿ ਅਸੀਂ ਰਾਤ ਨੂੰ ਚੋਰੀ ਕਰਦੇ ਹਾਂ। ਪੁੱਛਗਿੱਛ ਗੱਲ ਸਾਹਮਣੇ ਆਈ। ਕਿੰਨੀ ਘਰਾਂ 'ਚ ਚੋਰੀਆਂ ਕੀਤੀਆਂ, ਇਸ ਵੇਲੇ ਤਾਂ ਕੋਈ ਸਮਾਨ ਵੀ ਬਰਾਮਦ ਹੋ ਚੁੱਕਾ ਇਹਨਾਂ ਵੱਲੋਂ? ਇਹਨਾਂ ਕੋਲ ਤਾਂਬੇ ਦੀ ਤਾਰ ਜਿਹੜੀ ਉੱਤੋਂ ਲਾਉਂਦੇ ਆ AC ਦੀ ਜਾਂ ਦੂਜੀ, ਉਹ ਕੁਝ ਰਿਕਵਰ ਹੋਈ ਆ, ਕੁਝ ਅਸੀਂ ਅਜੇ ਇਹਨਾਂ ਦਾ ਰਿਮਾਂਡ ਲੈ ਕੇ ਅਤੇ ਪੁੱਛਗਿੱਛ ਇਹਨਾਂ ਦੀ ਬਾਕੀ ਹੈ। ਕੋਈ ਹੋਰ ਵੀ ਇਹਨਾਂ ਦੇ ਪਹਿਲਾਂ ਬੱਚੇ ਦਰਜ ਹੋਣ ਕੋਈ? ਹੋਰ ਇਹਨਾਂ ਦਾ ਰਿਕਾਰਡ ਪੜਤਾਲ ਕਰ ਰਹੇ ਹਾਂ। ਇੱਕ ਤਿੰਨ ਜਣੇ ਫੜੇ ਇਹਨਾਂ 'ਚੋਂ, ਇੱਕ ਜਿਹਦੇ ਪਰਚੇ ਹੈ ਆ ਪਹਿਲਾਂ, ਉਹ ਵੀ ਚੋਰੀ ਦੇ ਪਰਚੇ ਆ। ਇਹਦੇ 'ਚ ਇੱਕ ਐਕਟਿਵਾ ਇਹਨਾਂ ਕੋਲੋਂ ਬਰਾਮਦ ਹੋਈ ਆ, ਉਹ ਵੀ ਇਹਨਾਂ ਨੇ ਚੋਰੀ ਕੀਤੀ ਆ। ਪਰਸ 'ਚ ਕਿਸੇ ਦਾ ਇੱਕ ਪਰਸ ਹੋਇਆ ਵਾ, ਉਹ ਵੀ ਅਸੀਂ ਬਰਾਮਦ ਕੀਤਾ ਵਾ। ਉਹਦੇ 'ਚ ਹੁਣ ਅੱਗੇ ਇੱਕ ਮੋਬਾਈਲ ਵੀ ਰਿਕਵਰ ਕੀਤਾ। ਇਹ ਹੁਣ ਇਹਨਾਂ ਕੋਲੋਂ ਪੁੱਛ ਰਹੇ ਹਾਂ, ਉਹਦੀ ਪੁੱਛਗਿੱਛ ਦੌਰਾਨ ਵੇਖਾਂਗੇ ਕਿਹਦਾ ਕਿਹਦਾ ਪਰਸ, ਸਾਰਿਆਂ ਬੰਦਿਆਂ ਨੂੰ ਸ਼ਾਮਿਲ ਕਰਕੇ ਉਹਨਾਂ ਨੂੰ ਫਿਰ ਜੋ ਵਾਧਾ ਜੁਰਮ ਨਿਭਾਉਂਦੀ ਧਾਰਾ ਦਾ ਵੀ ਕੀਤਾ ਜਾਊਗਾ। ਚੋਰੀਆਂ ਰੋਕਣ ਵਾਸਤੇ ਪੁਲਿਸ ਨੂੰ ਕੋਈ ਵੱਖਰਾ ਉਪਰਾਲਾ ਕੀਤਾ ਜਾਵੇ, ਕੋਈ ਕੈਮਰੇ ਵਗੈਰਾ ਲੱਗਦੇ ਹੋਣਗੇ? ਕੈਮਰੇ ਵੀ ਇੱਕ ਸ਼ਹਿਰ 'ਚ ਅਸੀਂ MLA ਸਾਹਿਬ ਨਾਲ ਵੀ ਹੋਈ ਆ ਅਤੇ ਸੀਨੀਅਰ ਅਫਸਰਾਂ ਨਾਲ ਵੀ ਗੱਲ ਹੋਈ ਆ, ਉਹ ਸਾਰੇ ਸ਼ਹਿਰ ਦੇ ਵਿੱਚ ਕੈਮਰਿਆਂ ਦਾ ਵੀ ਇੰਸਟਾਲ ਕਰਨ ਲੱਗੇ ਹਾਂ। DC ਸਾਹਿਬ ਨੂੰ ਉਪਰਾਲਾ ਹੋ ਰਿਹਾ ਇਹਦਾ, ਕੈਮਰੇ ਲਾ ਕੇ ਸਾਰੇ ਸ਼ਹਿਰ ਨੂੰ, ਜਿਹੜਾ ਇੰਟਰੀਆਂ ਸ਼ਹਿਰ ਦੇ ਵਿੱਚ ਉਹ ਸਾਰੀਆਂ ਇੰਟਰੀਆਂ 'ਤੇ ਕੈਮਰੇ ਲੱਗ ਰਹੇ ਆ। ਬਾਕੀ ਅਸੀਂ PCR ਨੂੰ ਮੁਸਤੈਦ ਰਾਤ ਹੁੰਦੀ, PCR ਸਾਡੇ KORP ਆਪ ਵੀ ਸਾਡੇ DD ਅਫਸਰ ਰਾਤ ਨੂੰ ਨਿਕਲਦੇ ਚੈਕਿੰਗ ਅਫਸਰ ਮੁਸਤੈਦ ਨੂੰ ਕਰਦੇ। ਬਾਕੀ ਲਾ ਐਂਡ ਆਰਡਰ ਜਿਹੜਾ ਸ਼ਹਿਰ ਦੇ ਵਿੱਚ ਮੇਨਟੇਨ ਆ। ਇਹਨਾਂ 'ਤੇ ਪਰਚਾ ਦਰਜ ਹੋ ਗਿਆ, ਇਹਨਾਂ ਦਾ ਰਿਮਾਂਡ ਅਸੀਂ ਲਿਆ ਵਾ ਨਾ, 2 ਦਿਨ ਦੇ ਰਿਮਾਂਡ 'ਤੇ ਆ। ਇਹਨਾਂ ਦਾ ਪੁੱਛਗਿੱਛ ਜਾਰੀ ਆ, ਹੋਰ ਵੀ ਇਹਨਾਂ ਕੋਲ ਜਿਹੜੀਆਂ ਵਾਰਦਾਤਾਂ ਜਿੰਨੀਆਂ ਇਹਨਾਂ ਕੀਤੀਆਂ ਸਾਰੀਆਂ ਦਾ ਉਹ ਰਿਕਵਰ ਕਰਕੇ ਅਸੀਂ ਜੋ ਵੀ ਇਹ ਤੋਂ ਵੱਧ ਤੋਂ ਵੱਧ ਰਿਕਵਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ, ਇੱਕ ਫਰੋਤੀਆਂ ਮੰਗਣ ਦਾ ਸਿਲਸਿਲਾ ਬੜਾ ਜਾਰੀ ਆ, ਅਤੇ ਕਿੰਨੇ ਕੇਸ ਗੈਂਗ ਆਪਾਂ ਥਾਣਾ ਸਿਟੀ ਅੰਦਰ ਕਵਰ ਕਰ ਚੁੱਕੇ ਹਾਂ? ਫਰੋਤੀਆਂ ਦੇ ਆਪਣੇ 2 ਕੇਸ ਸਾਹਮਣੇ ਆਏ ਸੀ, ਉਹ ਦੋਵੇਂ ਅਸੀਂ ਟਰੇਸ ਕਰ ਲਏ ਆ। ਇੱਕ ਬੰਦਾ ਹਰੀਕੇ ਦੇ ਸੀ, ਜਿਨ੍ਹਾਂ ਨੇ ਕੱਪੜੇ ਦੀ ਦੁਕਾਨ ਗੰਡੀ ਦੀ ਦੁਕਾਨ ਕੋਲ ਮੰਗੇ ਸੀ, ਉਹ ਵੀ ਟਰੇਸ ਕਰ ਲਏ। ਇੱਕ ਸਾਡੇ ਇੱਥੇ ਆਪਣਾ ਮਹਾਰਾਜਾ ਰਜੀਤ ਸਿੰਘ ਸਕੂਲ ਲੱਗੇ ਵਿਜੇ ਇਲੈਕਟ੍ਰੋਨਿਕਸ ਦੀ ਦੁਕਾਨ ਉਹਨਾਂ ਦੀ, ਉਹਨਾਂ ਕੋਲ ਮੰਗੇ ਸੀ, ਉਹ ਵੀ ਅਸੀਂ ਸੱਚਖੰਡ ਰੋਡ ਦੇ ਦੋਸ਼ੀ ਸਾਰੇ ਟਰੇਸ ਕਰ ਲਏ ਆ। ਅਤੇ ਹੋਰ ਵੀ ਇੱਕ ਮੁੰਡੇ ਨੂੰ ਹੋਰ ਥਰੈਟ ਆਈ ਸੀ, ਉਹ ਵੀ ਉਹ ਸੇਮ ਹੀ ਨੰਬਰ ਤੋਂ ਆਈ ਸੀ, ਉਹ ਵੀ ਅਸੀਂ ਟਰੇਸ ਕਰ ਲਿਆ ਵਾ। ਹੁਣ ਮੌਜੂਦਾ ਤਾਂ ਵੈਸੇ ਕੋਈ ਹੈ ਨਹੀਂ ਆ, ਬਾਕੀ ਜੇ ਆਊਗਾ ਤਾਂ ਅਸੀਂ ਉਹ ਟਰੇਸ ਕਰਕੇ ਅਤੇ ਉਹਨਾਂ ਦੀ ਬੰਦੀ ਕਰ ਦਿੰਦੇ। ਲੋਕਾਂ ਨੂੰ ਡਰਨਾ ਨਹੀਂ ਚਾਹੀਦਾ, ਪੁਲਿਸ ਨੂੰ ਦੱਸਣ ਅਸੀਂ, ਅਤੇ ਜੇ 2-3 ਕੇਸ ਸਾਡੇ ਕੋਲ ਅਸੀਂ ਦੋਵੇਂ ਦਿਨੇ ਟਰੇਸ ਕਰਤੇ ਆ, ਅਤੇ ਹੁਣ ਕੋਈ ਉਸ ਤੋਂ ਬਾਅਦ ਕਿਸੇ ਦੀ ਹਿੰਮਤ ਨਹੀਂ ਪਈ। ਬਾਕੀ ਅਸੀਂ ਤਾਂ ਲੋਕਾਂ ਨੂੰ ਇਹੋ ਅਪੀਲ ਕਰਦੇ ਹਾਂ ਕਿ ਪਹਿਲਾਂ ਸਾਡੇ ਕੋਲ ਆਓ, ਅਸੀਂ ਹਰ ਵੇਲੇ ਇਹਨਾਂ ਦੇ ਸਹਿਯੋਗ ਦੇ ਇਹਨਾਂ ਦੇ ਨਾਲ ਆ। ਜਿਸ ਤਰ੍ਹਾਂ ਦਾ ਕਿਸੇ ਨੂੰ ਡਰਨ ਦੀ ਲੋੜ ਨਹੀਂ ਫਰੋਤੀਆਂ ਦੇ ਤੋਂ।